ਇੱਕ ਵਾਰ ਫੇਰ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਦੋਂ ਗਲਤ ਸਾਈਡ ਤੋਂ ਆ ਰਹੀ ਕਾਰ ਦੇ ਨਾਲ ਬੱਸ ਦੀ ਟੱਕਰ ਹੋ ਜਾਂਦੀ ਹੈ ਤੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬੱਸ ਅਤੇ ਕਾਰ ਦੋਵੇਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਗਨੀਮਤ ਇਹ ਰਹੀ ਕਿ ਇਸ ਹਾਦਸੇ ਦੌਰਾਨ ਬੱਸ ਦੇ ਵਿੱਚ ਸਕੂਲੀ ਬੱਚੇ ਸਵਾਰ ਨਹੀਂ ਸਨ, ਨਹੀਂ ਤਾਂ ਕੋਈ ਹੋਰ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਬੱਸ ਵੀ ਇਸ ਹਾਦਸੇ 'ਚ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਗੱਡੀ ਵੀ ਖਦਾਨਾਂ ਦੇ ਵਿੱਚ ਜਾ ਕੇ ਵੜ ਗਈ ਅਤੇ ਗੱਡੀ ਦੇ ਏਅਰ ਬੈਗ ਤੱਕ ਖੁੱਲ ਗਈ। ਜਾਣਕਾਰੀ ਮੁਤਾਬਿਕ ਇਹ ਹਾਦਸਾ ਹੁਸ਼ਿਆਰਪੁਰ 'ਚ ਵਾਪਰਿਆ ਜਦੋਂ ਖਾਲੀ ਨਿੱਜੀ ਸਕੂਲ ਦੀ ਬੱਸ ਜਦੋਂ ਕਸਬਾ ਟਾਂਡਾ ਵੱਲ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਰੋਂਗ ਸਾਈਡ ਤੋਂ ਇੱਕ ਸਵਿਫਟ ਕਾਰ ਸਕੂਲ ਬੱਸ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਸਵਿਫਟ ਕਾਰ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਗੱਡੀ ਦੇ ਏਅਰ ਬੈਗ ਤੱਕ ਖੁੱਲ ਗਏ। ਮੌਕੇ ਤੇ ਲੋਕਾਂ ਦੇ ਵੱਲੋਂ ਕਾਰ ਚਾਲਕ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਲੋਕਾਂ ਵੱਲੋਂ ਵਾਰ ਵਾਰ ਐਂਬੂਲੈਂਸ ਨੂੰ ਵੀ ਫੋਨ ਕੀਤਾ ਗਿਆ ਪਰ ਐਂਬੂਲੈਂਸ ਮੌਕੇ ਤੇ ਨਹੀਂ ਪੁੱਜੀ, ਜਿਸ ਕਾਰਨ ਲੋਕਾਂ ਦੇ ਵਿੱਚ ਰੋਸ ਵੀ ਵੇਖਣ ਨੂੰ ਮਿਲਿਆ। ਫਿਲਹਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਤੋਂ ਜਿੱਥੇ ਇਹ ਹਾਦਸਾ ਵਾਪਰਿਆ ਹੈ। ਸਕੂਲ ਬੱਸ ਤੇ ਸਵਿਫਟ ਕਾਰ ਦੀ ਟੱਕਰ ਹੋਈ ਹੈ ਤੇ ਇਸ ਹਾਦਸੇ ਦੇ ਦੌਰਾਨ ਕਾਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਨੂੰ ਰਾਹਗੀਰਾਂ ਦੇ ਵੱਲੋਂ ਮੌਕੇ ਤੇ ਹਸਪਤਾਲ ਪਹੁੰਚਾਇਆ ਗਿਆ। ਤੇ ਇਹ ਕਿੱਦਾਂ ਹਾਦਸਾ ਹੋਇਆ, ਕਿਹੜੀ ਜਗ੍ਹਾ ਹੋਇਆ ਜੀ? ਕੀ ਭਾਜੀ, ਮੈਂ ਇਧਰੋਂ ਆਉਣਾ ਪਿਆ ਸੀ ਆਪਣੀ ਸਾਈਡ ਤੋਂ, ਸਿੱਧਾ ਹੀ ਇਹ ਲਿਆ ਕੇ ਸਿੱਧਾ ਮੈਨੂੰ ਮਾਰਿਆ ਵਿੱਚ, ਸਿੱਧੀ ਲਿਆ ਕੇ ਵਿੱਚ ਮਾਰੀ, ਮੈਂ ਆਪਦਾ ਬਚਾਅ ਕੀਤਾ ਪਰ ਨਹੀਂ ਹੋਇਆ ਜੀ। ਤੁਸੀਂ ਕਿੱਧਰੋਂ ਆ ਰਹੇ ਸੀ? ਮੈਂ ਭਾਜੀ ਇਧਰੋਂ ਜਾ ਰਿਹਾ ਸੀਗਾ, ਇਧਰੋਂ ਆ ਰਿਹਾ ਜੀ ਹੁਸ਼ਿਆਰਪੁਰ ਵਾਲੀ ਸਾਈਡ ਤੋਂ। ਅੱਛਾ ਜੀ, ਮੈਂ ਜਾਣੇ ਕਾ ਟਾਂਡੇ ਵਾਲੀ ਸਾਈਡ ਤੋਂ। ਅੱਛਾ ਜੀ, ਹਾਂਜੀ। ਇਹ ਗੱਡੀ ਤੁਹਾਡੇ ਸਾਹਮਣੇ ਆ ਗਈ? ਹਾਂਜੀ, ਮੇਰੀ ਗੱਡੀ ਆ ਕੇ ਸਿੱਧੀ ਭੱਜੀ ਆ ਵੀਰ ਜੀ। ਠੀਕ ਹੈ ਜੀ, ਹਾਂਜੀ। ਕੋਈ ਬੱਸ 'ਚ ਬੱਚੇ ਵੀ ਸੀਗੇ? ਨਹੀਂ ਵੀਰ ਜੀ, ਬੱਚੇ ਨਹੀਂ ਸੀਗੇ, ਖਾਲੀ ਬੱਚੇ ਮੈਂ ਪਿੱਛੇ ਉਤਾਰ ਕੇ ਆਇਆ। ਅੱਛਾ ਜੀ, ਹਾਂਜੀ। ਤੇ ਗੱਡੀ 'ਚ ਕਿੰਨੇ ਕੁ ਵਾਰ ਤੁਸੀਂ ਦੇਖਿਆ ਉਤਰ ਕੇ ਕਿੱਦਾਂ ਜ਼ਖਮੀ ਹੋਇਆ? ਇੱਕ ਹੀ ਸੀਗਾ ਜੀ। ਅੱਛਾ ਜੀ, ਹਾਂਜੀ। ਉਤਰਿਆ ਕੱਢਿਆ ਉਹਨੂੰ ਦਬਾ ਦਬ ਜੀ, ਉਹਨੂੰ ਸਿੱਧੀ ਲਿਆ ਕੇ ਵਿੱਚ ਮਾਰੀ ਸਿੱਧੀ ਸਾਹਮਣੇ। ਅੱਛਾ ਜੀ, ਤੇ ਤੁਸੀਂ ਇਸ ਸਕੂਲ ਦੀ ਨਿੱਜੀ ਸਕੂਲ 'ਚ ਬੱਸ? ਹਾਂਜੀ, ਸਾਇੰਸ ਅਕੈਡਮੀ ਹਿਮਾਚਲ ਤਰਤੇ। ਹਿਮਾਚਲ ਹਿਮਾਚਲ ਦੀ ਗੱਡੀ ਹੈ ਸਰ? ਤਰਤੇ ਹਿਮਾਚਲ ਜਿਹਨਾਂ ਦੀ ਗੱਡੀ ਹੈ। ਹਾਂਜੀ, ਠੀਕ ਹੈ ਜੀ। ਬੱਸ ਤੁਸੀਂ ਚਲਾ ਰਹੇ ਸੀ ਨਾ? ਹਾਂਜੀ, ਠੀਕ ਹੈ ਜੀ। ਤੁਹਾਡੇ ਤਾਂ ਨਹੀਂ ਕੋਈ ਸੱਟ ਚੋਟ ਲੱਗੀ? ਨਹੀਂ ਨਹੀਂ, ਮੇਰੇ ਨਹੀਂ ਲੱਗੀ। ਤੁਹਾਡਾ ਕੀ ਨਾਮ ਭਾਜੀ? ਮੇਰਾ ਨਾਮ ਜਸਕਾਂਤ ਸਿੰਘ ਹੈ ਭਾਜੀ। ਇਹ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਜੀ? ਇਹ ਸਿੱਕਰੀ ਹੋਇਆ ਭਾਜੀ, ਸਿੱਕਰੀ। ਤੁਸੀਂ ਮੌਕੇ 'ਤੇ ਹੈਗੇ ਸੀ ਤਾਂ ਐਕਸੀਡੈਂਟ? ਨਹੀਂ, ਮੌਕੇ 'ਤੇ ਨਹੀਂ ਤੇ ਆਪਾਂ ਹੁਣੇ ਆਏ। ਆਪਣੇ ਵੀਰ ਦੀ ਗੱਡੀ ਸੀ, ਉਹ ਮਾਤਾ ਨੂੰ ਦਵਾਈ ਦਵਾਉਣ ਲੈ ਕੇ ਆਇਆ ਸੀ। ਅੱਛਾ ਜੀ, ਉਹ ਦਵਾਈਆਂ ਲੈ ਕੇ ਗੱਡੀ ਇਹਨੂੰ ਲੈ ਆ। ਅੱਛਾ ਜੀ, ਉਹ ਦੁਕਾਨ 'ਤੇ ਲੱਗਾ ਸੀ, ਮੰਗੂ ਦੀ ਦੁਕਾਨ 'ਤੇ ਸਰਾਂ 'ਤੇ। ਅੱਛਾ ਜੀ, ਉਹ ਐਕਸੀਡੈਂਟ ਹੋ ਗਿਆ ਤਾਂ ਕਰਕੇ ਜੀ। ਉਹਦਾ ਕਾਰ ਚਾਲਕ ਕੀ ਕੰਮ ਕਰਦੇ ਸੀ? ਇਹ ਦੁਕਾਨ 'ਤੇ ਲੱਗਾ ਸੀ ਜੀ, ਕਰਿਆਨੇ ਦੀ, ਦੇ ਮੰਗੂ ਸਰਾਂ ਦੇ ਦੁਕਾਨ 'ਤੇ। ਗੱਡੀ ਉਹਨਾਂ ਦੇ ਮਾਲਕਾਂ ਦੀ ਹੈ? ਹਾਂਜੀ, ਉਹਨਾਂ ਦੇ ਮਾਲਕਾਂ ਦੀ ਗੱਡੀ ਜੀ। ਠੀਕ ਹੈ ਜੀ। ਇਹ ਕਿੰਨਾ ਕੁ ਨੁਕਸਾਨ ਹੋਇਆ? ਸੱਟ ਸੁੱਟ ਲੱਗੀ ਕੋਈ? ਨੁਕਸਾਨ ਤੁਹਾਡੇ ਸਾਹਮਣੇ ਉਹਦੇ ਵੀਰ ਦੇ ਸੱਟ ਲੱਗੀ ਆ ਸਿਰ 'ਤੇ ਕਾਫੀ ਜੀ। ਅੱਛਾ ਜੀ, ਐਂਬੂਲੈਂਸ ਆ ਗਈ ਜੀ ਮੌਕੇ 'ਤੇ? ਨਹੀਂ, ਐਂਬੂਲੈਂਸ ਨਹੀਂ, ਵੀਰ ਗੱਡੀ 'ਚ ਲੈ ਕੇ ਗਿਆ ਜੀ। ਕੋਈ ਨਹੀਂ, ਐਂਬੂਲੈਂਸ ਦਾ ਲੱਗਦਾ ਜੀ। ਐਂਬੂਲੈਂਸ ਦਾ ਕੋਈ ਨੰਬਰ ਨਹੀਂ ਲੱਗਿਆ, ਲਾਇਆ ਫੋਨ 108 ਆਉਂਦੀ ਵੀ ਸੀ ਪਿੱਛੇ, ਉਹ ਮਤਲਬ ਪਤਾ ਨਹੀਂ ਕਿੱਧਰ ਚਲ ਗਈ ਤੇ ਵੀਰ ਇੱਕ ਗੱਡੀ 'ਚ ਲੈ ਕੇ ਗਿਆ ਬਾਹਰ ਨਾਲ। ਘੰਟੀ ਹੋਏ ਭਾਜੀ? ਠੀਕ ਹੈ ਜੀ, ਹਾਲੇ ਤੱਕ ਕੋਈ ਐਂਬੂਲੈਂਸ ਨਹੀਂ ਆਈ? ਨਹੀਂ ਜੀ, ਕੋਈ ਐਂਬੂਲੈਂਸ ਨਹੀਂ ਆਈ, ਕੋਈ ਪ੍ਰਸ਼ਾਸਨ ਨਹੀਂ ਆਇਆ ਜੀ। ਫੋਨ ਕੀਤਾ ਸੀ ਤੁਸੀਂ? ਹਾਂਜੀ, ਫੋਨ ਕੀਤਾ ਸੀ। ਫੋਨ ਬੰਦ ਲੱਗਦਾ ਹੀ ਨਹੀਂ ਭਾਜੀ, ਫੋਨ ਲੱਗਦਾ ਹੀ ਨਹੀਂ। ਕਿੰਨੇ ਜਣੇ ਸੀਗੇ ਜੀ ਗੱਡੀ 'ਚ? ਇਹ ਇਕੱਲਾ ਹੀ ਸੀ ਜੀ, ਮਾਤਾ ਨੂੰ ਦਵਾਈ ਦਵਾਉਣ ਗਿਆ ਸੀ। ਜਿਹੜੀ ਸਕੂਲ ਬੱਸ ਆ ਉਹਦੇ ਵਿੱਚ ਬੱਚੇ ਤਾਂ ਨਹੀਂ ਸੀਗੇ? ਸਕੂਲ ਬੱਸ ਜੇ ਬੱਚੇ ਨਹੀਂ ਸੀ ਹੈ ਨਾ? ਨਹੀਂ ਜੀ, ਬੱਚੇ ਨਹੀਂ ਸੀ, ਮੁੰਡਾ ਇੱਥੇ ਹੀ ਆ ਉਹ ਵੀ ਯਾਰ। ਹਾਂਜੀ ਭਾਅ ਜੀ, ਕੀ ਨਾਮ ਤੁਹਾਡਾ? ਭਾਅ ਜੀ, ਮੇਰਾ ਨਾਮ ਹਰਜੋਤ ਆ ਜੀ। ਅੱਛਾ ਜੀ, ਮੈਂ ਤਾਂ ਜਾ ਰਿਹਾ ਸੀਗਾ ਹੁਸ਼ਿਆਰਪੁਰ ਨੂੰ ਤੇ ਗੱਡੀ ਵੱਜੀ ਦੇਖੀ ਆ। ਅੱਛਾ ਜੀ, ਮੌਕੇ ਤੇ ਮਦਦ ਕਰਨ ਲਈ ਰੁਕੇ ਸੀ? ਹਾਂਜੀ ਭਾਅ ਜੀ, ਮੁੰਡੇ ਨੂੰ ਕੱਢਿਆ ਵਿੱਚੋਂ। ਅੱਛਾ ਜੀ, ਤੇ ਮੁੰਡੇ ਦੇ ਵਿਚਾਰੇ ਦੇ ਸਿਰ 'ਚ ਸੱਟ ਲੱਗੀ ਆ ਤੇ, ਪਰ ਨਾ ਆਪਾਂ 108 ਤੇ ਵੀ ਲਾ ਕੇ ਦੇਖ ਲਿਆ ਫੋਨ, 112 ਤੇ ਵੀ ਲਾ ਕੇ ਦੇਖ ਲਿਆ, ਉਹਨਾਂ ਦੇ ਟੂੰ ਟੂੰ ਹੋ ਕੇ ਬੰਦ ਹੋ ਜਾਂਦਾ ਜੀ, ਫੋਨ ਲੱਗਦਾ ਹੀ ਨਹੀਂ ਜੀ। ਤਾਂ ਕੀ ਕਰਨਾ ਇੱਦਾਂ ਦਾ? ਐਂਬੂਲੈਂਸ ਮੌਕੇ 'ਤੇ ਕੋਈ ਨਹੀਂ ਪਹੁੰਚੀ, ਹੁਣ ਆਪ ਗੱਡੀ 'ਚ ਬੰਦਾ ਕੋਈ ਵਿਚਾਰਾ ਭਲਾ ਕਰਨ ਹੋਵੇ ਜਿਹੜਾ ਲੈ ਕੇ ਗਿਆ, ਉਹ ਲੈ ਕੇ ਗਿਆ ਜੀ ਗੱਡੀ।
ਠੀਕ ਹੈ ਜੀ, ਨੁਕਸਾਨ ਕਿੰਨਾ ਕੁ ਦੇਖਿਆ ਭਾਈ? ਮੁੰਡੇ ਦਾ ਸਿਰ, ਗੱਡੀ ਦਾ ਡੈਮੇਜ ਆ ਜੀ ਪੂਰੀ, ਮੁੰਡੇ ਦੇ ਸਿਰ ਤੇ ਸੱਟਾਂ ਲੱਗੀਆਂ, ਕੱਚ ਪਿਆ ਮੂੰਹ ਤੇ ਜ਼ਿਆਦਾ। ਇਕੱਲਾ ਹੀ ਸੀਗਾ ਕਿ ਨਾਲ ਕੋਈ? ਇਕੱਲਾ ਹੀ ਸੀਗਾ ਜੀ, ਇਕੱਲਾ ਹੀ। ਅੱਛਾ ਜੀ, ਹਾਂਜੀ ਹਾਂ। ਤੇ ਇਹ ਸਕੂਲ ਬੱਸ ਵਿੱਚ ਵਜਾ? ਹਾਂਜੀ, ਸਕੂਲ ਬੱਸ। ਠੀਕ ਆ ਜੀ, ਕੋਈ ਹੋਰ ਵੀ ਨਾਲ ਹੈ ਨਹੀਂ ਸੀ? ਨਹੀਂ, ਕੋਈ ਨਹੀਂ ਨਾਲ ਸੀ, ਭਰਾ ਬੱਸ ਵਾਲਾ ਇੱਥੇ ਹੀ ਆ ਜੀ। ਬੱਸ ਚਾਲਕ ਤੇ ਵੀ ਲੱਗੀ? ਨਹੀਂ ਭਾਜੀ, ਬਚਾ ਹੋ ਗਿਆ, ਮੁੰਡਾ ਆਫ ਸਾਈਡ ਆ ਗਿਆ, ਪਤਾ ਨਹੀਂ ਜੋ ਓਵਰਟੇਕ ਕਰਨ ਲੱਗਾ ਕੀ ਹੋਇਆ ਜੀ। ਤੇ ਬਾਕੀ ਦੇਖੋ ਮੌਕੇ ਤੇ।